ਤੇ ਹਰ ਥਰਸਡੇ ਨੂੰ ਸਾਡੇ ਘਰ ਦੇ ਵਿੱਚ ਸਨੇਕਸ ਦੀ ਪੂਜਾ ਹੁੰਦੀ ਸੀ, ਸੱਪਾਂ ਦੀ ਪੂਜਾ ਹੁੰਦੀ ਸੀਗੀ। ਅਸੀਂ ਚੜਾਵਾ ਚੜਾ ਕੇ ਆਏ, ਲੇਕਿਨ ਉਸ ਤੋਂ ਬਾਅਦ ਵੀ ਮੇਰੇ ਬ੍ਰਦਰ ਨੂੰ ਕੋਈ ਵੀ ਚੰਗਾਈ, ਕੋਈ ਵੀ ਹੀਲਿੰਗ ਨਹੀਂ ਮਿਲੀ। ਅੱਧੀ ਰਾਤ ਨੂੰ ਉੱਠ ਕੇ ਮੇਰੇ ਡੈਡੀ ਸਾਡੇ ਉੱਤੇ ਪੈਟਰੋਲ ਪਾ ਦਿੰਦੇ ਸੀਗੇ ਤੇ ਸਾਨੂੰ ਸਾੜ ਦੇਣਾ ਚਾਹੁੰਦੇ ਸੀਗੇ। ਡਾਕਟਰ ਨੇ ਲੱਤ ਦੇਖਦੇ ਹੀ ਕਹਿ ਦਿੱਤਾ ਕਿ ਹੁਣ ਇਸ ਲੱਤ ਨੂੰ ਕੱਟਣਾ ਪਏਗਾ। ਇੱਕ ਮੈਡੀਸਨ ਹੈ, ਇੱਕ ਦਵਾਈ ਹੈ ਜੋ ਮੈਂ ਤੁਹਾਡੇ ਘਰ ਅੱਜ ਦੇਣ ਆਇਆ ਹਾਂ, ਤੇ ਜਦੋਂ ਇਹ ਤੁਹਾਡੇ ਘਰ ਰਹੇਗੀ ਤੁਹਾਡੇ ਘਰ ਚੋਂ ਸਾਰੀ ਬਿਮਾਰੀ, ਸਾਰੀ ਪਰੇਸ਼ਾਨੀ ਦੂਰ ਹੋ ਜਾਏਗੀ। ਮੇਰੇ ਪਰਿਵਾਰ ਦੇ ਵਿੱਚ ਮੇਰੇ ਮੰਮੀ ਪਾਪਾ, ਮੇਰੀ ਇੱਕ ਵੱਡੀ ਸਿਸਟਰ ਤੇ ਇੱਕ ਮੇਰੇ ਵੱਡੇ ਭਰਾ ਸੀਗੇ। ਤੇ ਹਰ ਥਰਸਡੇ ਨੂੰ ਸਾਡੇ ਘਰ ਦੇ ਵਿੱਚ ਸਨੇਕਸ ਦੀ ਪੂਜਾ ਹੁੰਦੀ ਸੀ, ਸੱਪਾਂ ਦੀ ਪੂਜਾ ਹੁੰਦੀ ਸੀਗੀ। ਜਦੋਂ ਮੇਰੇ ਵੱਡੇ ਭਰਾ ਦੀ ਉਮਰ 4 ਸਾਲ ਦੀ ਸੀਗੀ, ਉਹਨਾਂ ਨੂੰ ਇੱਕ ਇਹੋ ਜਿਹੀ ਬਿਮਾਰੀ ਹੋਈ ਕਿ ਜਿਹਦੇ ਕਰਕੇ ਕਿ ਉਹ ਚੱਲ ਫਿਰ ਨਹੀਂ ਸਕਦੇ ਸੀ। ਡਾਕਟਰਾਂ ਨੇ ਸਾਨੂੰ ਸਾਫ਼ ਕਹਿ ਦਿੱਤਾ ਕਿ ਹੁਣ ਅੱਜ ਤੋਂ ਬਾਅਦ ਇਹ ਬੱਚਾ ਕਦੇ ਨਹੀਂ ਚੱਲ ਸਕੇਗਾ। ਤੇ ਅਸੀਂ ਕੀ ਕੀਤਾ, ਅਸੀਂ ਸੋਚਿਆ ਜਿਨ੍ਹਾਂ ਦੀ ਇੰਨੀ ਪੂਜਾ ਕਰਦੇ ਹਾਂ ਅਸੀਂ ਉਹਨਾਂ ਦੇ ਕੋਲ ਲੈ ਕੇ ਜਾਵਾਂਗੇ। ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਭਰਾ ਨੂੰ ਜੇ ਠੀਕ ਕਰਨਾ ਹੈ ਤਾਂ ਤੁਹਾਨੂੰ 1 ਲੱਖ ਰੁਪਏ ਦਾ ਵਾਈਟ ਚਾਦਰ ਤੇ ਨਾਲ 325 ਚਵੰਨੀਆਂ ਇਕੱਠੀਆਂ ਕਰਕੇ ਚੜਾਵਾ ਦੇਣਾ ਪਏਗਾ। ਅਸੀਂ ਬਹੁਤ ਸਾਰੇ ਲੋਕਾਂ ਕੋਲ ਉਧਾਰ ਪੈਸਾ ਇਕੱਠਾ ਕੀਤਾ, ਅਸੀਂ ਚੜਾਵਾ ਚੜਾ ਕੇ ਆਏ, ਲੇਕਿਨ ਉਸ ਤੋਂ ਬਾਅਦ ਵੀ ਮੇਰੇ ਬ੍ਰਦਰ ਨੂੰ ਕੋਈ ਵੀ ਚੰਗਾਈ, ਕੋਈ ਵੀ ਹੀਲਿੰਗ ਨਹੀਂ ਮਿਲੀ। ਉਸਦੇ ਹੱਥ ਇਸ ਤਰ੍ਹਾਂ ਜੁੜ ਗਏ, ਉਸਦੀਆਂ ਲੱਤਾਂ ਵੀ ਜੁੜਨ ਲੱਗ ਪਈਆਂ, ਨਾ ਉਹ ਆਪਣੇ ਹੱਥ ਨਾਲ ਖਾ ਸਕਦੇ ਸੀਗੇ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਕਈ ਵਾਰੀ ਪਸ ਨਿਕਲਦਾ ਸੀਗਾ। ਸੌਣ ਲੱਗਿਆ ਉਹਨਾਂ ਕੋਲੋਂ ਪਾਸਾ ਵੀ ਨਹੀਂ ਸੀ ਪਲਟਿਆ ਜਾਂਦਾ। ਇੱਕ ਬੰਦੇ ਨੂੰ ਸਾਡੇ ਘਰ 24 ਆਵਰਸ ਰਾਤ ਨੂੰ ਸੌਣ ਲੱਗਿਆ ਜਾਗਣਾ ਪੈਂਦਾ ਸੀਗਾ। ਮੇਰੇ ਮੰਮੀ ਜੀ ਜਿਹਨੂੰ ਬਹੁਤ ਜ਼ਿਆਦਾ ਮੰਨਦੇ ਸੀਗੇ, ਅਸੀਂ ਉਹਨਾਂ ਦੇ ਕੋਲ ਆਪਣੇ ਬ੍ਰਦਰ ਨੂੰ ਲੈ ਕੇ ਗਏ। ਮੇਰੇ ਬ੍ਰਦਰ ਦੀ ਉਮਰ ਉਸ ਵੇਲੇ 22 ਸਾਲ ਦੀ ਸੀ ਤੇ ਲੋਕ ਸਾਡੇ ਉੱਤੇ ਮਜ਼ਾਕ ਕਰਦੇ ਸੀਗੇ, ਕਹਿੰਦੇ ਸੀ ਦੇਖੋ ਲੰਗੜੇ ਦੀ ਮਾਂ ਤੇ ਲੰਗੜੇ ਦੀ ਭੈਣ ਜਾ ਰਹੀ ਹੈ। ਇਸ ਤਰ੍ਹਾਂ ਕਰਕੇ ਲੋਕਾਂ ਨੇ ਸਾਨੂੰ ਬਹੁਤ ਜ਼ਿਆਦਾ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਅਸੀਂ ਉੱਥੇ ਲੈ ਕੇ ਆਪਣੇ ਬ੍ਰਦਰ ਨੂੰ ਪਹੁੰਚੇ ਤਾਂ ਜਿਨ੍ਹਾਂ ਨੂੰ ਅਸੀਂ ਮੰਨਦੇ ਸੀ ਉਹਨਾਂ ਨੇ ਦੇਖਦੇ ਹੀ ਕਹਿ ਦਿੱਤਾ ਕਿ ਹੁਣ ਇਸ ਬੱਚੇ ਦੀ ਸੇਵਾ ਕਰੋ ਕਿਉਂਕਿ ਇਸ ਦੀ ਜ਼ਿੰਦਗੀ ਹੋਰ ਹੁਣ ਨਹੀਂ ਹੈ। 2002 ਦੇ ਵਿੱਚ 8 ਦਸੰਬਰ ਨੂੰ ਮੇਰਾ ਬ੍ਰਦਰ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਅਸੀਂ ਬਹੁਤ ਰੋਏ, ਅਸੀਂ ਪੂਰੀ ਤਰ੍ਹਾਂ ਟੁੱਟ ਚੁੱਕੇ ਸੀ ਕਿਉਂਕਿ ਅਸੀਂ ਆਪਣੇ ਜਵਾਨ ਭਰਾ ਨੂੰ ਆਪਣੇ ਹੱਥੋਂ ਸਾਨੂੰ ਖੋਣਾ ਪਿਆ। ਸਾਨੂੰ ਕੋਈ ਵੀ ਇਨਕਰੇਜ ਕਰਨ ਵਾਲਾ ਨਹੀਂ ਸੀ, ਸਾਨੂੰ ਕੋਈ ਵੀ ਆਸ਼ਾ ਦੇਣ ਵਾਲਾ ਨਹੀਂ ਸੀ। ਸਾਡੇ ਗੁਆਂਢ ਦੇ ਵਿੱਚ ਔਰਤ ਰਹਿੰਦੀ ਸੀਗੀ, ਉਸਨੇ ਉਹ ਸਾਡੇ ਘਰ ਦੇ ਵਿੱਚ ਆਈ ਤੇ ਉਸਨੇ ਮੇਰੇ ਪਾਪਾ ਨੂੰ ਕੁਝ ਸਵੀਟਸ ਦਿੱਤੀਆਂ, ਇਹ ਕਹਿ ਕੇ ਕਿ ਅੱਜ ਮੇਰਾ ਬੱਚਾ ਪਾਸ ਹੋਇਆ ਤੇ ਤੁਸੀਂ ਇਹ ਸਵੀਟਸ ਖਾ ਲਓ। ਤੇ ਉਸ ਸਵੀਟਸ ਦੇ ਵਿੱਚ ਉਸ ਔਰਤ ਨੇ ਕਾਲਾ ਜਾਦੂ ਮਿਕਸ ਕੀਤਾ ਹੋਇਆ ਸੀ। ਜਦੋਂ ਮੇਰੇ ਪਾਪਾ ਨੇ ਉਸਨੂੰ ਖਾ ਲਿਆ, 1 ਹਫ਼ਤੇ ਬਾਅਦ ਹੀ ਮੇਰੇ ਡੈਡੀ ਦੀ ਸਿਚੁਏਸ਼ਨ, ਮੇਰੀ ਸਿਸਟਰ ਦੀ ਸਿਚੁਏਸ਼ਨ ਬਹੁਤ ਵਿਗੜ ਗਈ। ਮੇਰੇ ਡੈਡੀ ਨੂੰ ਦੁਸ਼ਟ ਆਤਮਾਵਾਂ ਦਾ ਜਿਹੜਾ ਪਹਿਰਾ ਆਉਣ ਲੱਗ ਪਿਆ ਉਹ ਬਹੁਤ ਤੰਗ ਕਰਦਾ ਸੀਗਾ। ਅੱਧੀ ਅੱਧੀ ਰਾਤ ਤੋਂ ਉੱਠ ਕੇ ਮੇਰੇ ਡੈਡੀ ਆਪਣੇ ਆਪ ਨੂੰ ਫਾਂਸੀ ਦਿੰਦੇ ਸੀਗੇ ਤੇ ਅਸੀਂ ਉਹਨਾਂ ਦੀ ਲੱਤਾਂ ਹੀ ਫੜਦੇ ਰਹਿ ਜਾਂਦੇ ਸੀਗੇ ਕਿ ਡੈਡੀ ਤੁਸੀਂ ਕਿੱਥੇ ਚੱਲੇ ਹੋ, ਤੇ ਮੇਰੇ ਡੈਡੀ ਸਾਨੂੰ ਲੱਤਾਂ ਮਾਰਦੇ ਸੀ, ਸਾਨੂੰ ਕਿੱਕ ਕਰਦੇ ਸੀਗੇ। ਅੱਧੀ ਰਾਤ ਨੂੰ ਉੱਠ ਕੇ ਮੇਰੇ ਡੈਡੀ ਸਾਡੇ ਉੱਤੇ ਪੈਟਰੋਲ ਪਾ ਦਿੰਦੇ ਸੀਗੇ ਤੇ ਸਾਨੂੰ ਸਾੜ ਦੇਣਾ ਚਾਹੁੰਦੇ ਸੀਗੇ। ਤੇ ਇਹ ਸੋਚਦੇ ਸੀਗੇ ਕਿ ਅਸੀਂ ਕੀ ਕਰੀਏ, ਪਹਿਲਾਂ ਸਾਡਾ ਬ੍ਰਦਰ ਚਲਾ ਗਿਆ, ਹੁਣ ਮੇਰੇ ਡੈਡੀ ਦੀ ਸਿਚੁਏਸ਼ਨ ਇਸ ਤਰ੍ਹਾਂ ਹੋ ਗਈ। ਉਹ ਦੁਸ਼ਟ ਆਤਮਾਵਾਂ ਨੇ ਮੇਰੇ ਡੈਡੀ ਦੇ ਪੈਰ ਦੇ ਉੱਤੇ ਇੱਕ ਜ਼ਖਮ ਕਰ ਦਿੱਤਾ ਤੇ ਉਹ ਜ਼ਖਮ ਦੇ ਵਿੱਚ ਮੇਰੇ ਡੈਡੀ ਦੇ ਇੰਨੇ ਖਾਰਿਸ਼ ਹੁੰਦੀ ਸੀ ਕਿ ਉਹ ਚਾਕੂ ਦੇ ਨਾਲ ਵੀ ਉਸ ਜ਼ਖਮ 'ਤੇ ਖਾਰਿਸ਼ ਕਰਦੇ ਸੀ। ਜਦੋਂ ਉਹ ਖਾਰਿਸ਼ ਕਰਨ ਲੱਗੇ ਤਾਂ ਥੋੜ੍ਹੀ ਦੇਰ ਬਾਅਦ ਉਹ ਜ਼ਖਮ ਵੱਡਾ ਹੋ ਗਿਆ, ਉਸ 'ਚ ਪਸ ਭਰ ਗਈ ਤੇ ਥੋੜ੍ਹੇ ਦਿਨਾਂ ਬਾਅਦ ਉਸ ਜ਼ਖਮ ਦੇ ਵਿੱਚ ਕੀੜੇ ਤੁਰਨ ਲੱਗੇ। ਅਸੀਂ ਆਪ ਆਪਣੀ ਅੱਖਾਂ ਦੇ ਨਾਲ ਦੇਖਿਆ ਕਿ ਮੇਰੇ ਡੈਡੀ ਦੀ ਲਾਚੂ ਕੀੜੇ ਕਿਸ ਤਰ੍ਹਾਂ ਬਾਹਰ ਨਿਕਲਦੇ ਸੀ। ਅਸੀਂ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ ਲੱਤ ਦੇਖਦੇ ਹੀ ਕਹਿ ਦਿੱਤਾ ਕਿ ਹੁਣ ਇਸ ਲੱਤ ਨੂੰ ਕੱਟਣਾ ਪਏਗਾ, ਨਹੀਂ ਤਾਂ ਆਹ ਜਿਹੜੀ ਬਿਮਾਰੀ ਹੈ ਪੂਰੇ ਸਰੀਰ 'ਚ ਫੈਲ ਸਕਦੀ ਹੈ ਤੇ ਇਹਨਾਂ ਦੀ ਡੈਥ ਵੀ ਹੋ ਸਕਦੀ ਹੈ। ਅਸੀਂ ਆਪਣੇ ਘਰ ਦੇ ਵਿੱਚ ਇੱਕ ਜ਼ਹਿਰ ਦੀ ਡੱਬੀ ਲਿਆਈ ਤੇ ਅਸੀਂ ਸੋਚਿਆ ਕਿ ਅਸੀਂ ਸਾਰੇ ਇਕੱਠੇ ਖਾਵਾਂਗੇ ਤੇ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਵਾਂਗੇ। ਤੇ ਉਹਨੇ ਦਿਨਾਂ ਦੇ ਵਿੱਚ ਮੇਰੇ ਪਾਪਾ ਦੇ ਇੱਕ ਦੋਸਤ ਸੀਗੇ ਜਿਹੜੇ ਕਿ ਚਰਚ ਜਾਂਦੇ ਸੀ, ਉਹਨਾਂ ਨੇ ਜਾ ਕੇ ਆਪਣੇ ਪਾਸਟਰ ਦੇ ਨਾਲ ਇਦਾਂ ਸ਼ੇਅਰ ਕੀਤਾ ਕਿ ਇੱਕ ਫੈਮਿਲੀ ਹੈ ਜੋ ਮਰਨ ਵਾਲੀ ਹੈ। ਤਾਂ ਪਾਸਟਰ ਸਾਡੇ ਘਰ ਆਏ, ਉਹਨਾਂ ਨੇ ਬਾਈਬਲ ਦੇ ਵੱਲ ਦਿਖਾ ਕੇ ਕਿਹਾ ਕਿ ਜੋ ਬਾਈਬਲ ਹੈ ਇੱਕ ਮੈਡੀਸਨ ਹੈ, ਇੱਕ ਦਵਾਈ ਹੈ ਜੋ ਮੈਂ ਤੁਹਾਡੇ ਘਰ ਅੱਜ ਦੇਣ ਆਇਆ ਹਾਂ, ਤੇ ਜਦੋਂ ਇਹ ਤੁਹਾਡੇ ਘਰ ਰਹੇਗੀ ਤੁਹਾਡੇ ਘਰ 'ਚੋਂ ਸਾਰੀ ਬਿਮਾਰੀ, ਸਾਰੀ ਪਰੇਸ਼ਾਨੀ ਦੂਰ ਹੋ ਜਾਏਗੀ। ਉਹਨਾਂ ਨੇ ਬਾਈਬਲ ਨੂੰ ਖੋਲ੍ਹਿਆ ਅਤੇ ਵਚਨ ਪੜ੍ਹਨਾ ਸ਼ੁਰੂ ਕੀਤਾ ਅਤੇ ਮੇਰੇ ਡੈਡੀ ਦੇ ਵਾਸਤੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਜਿੱਦਾਂ ਹੀ ਉਹ ਪ੍ਰਾਰਥਨਾ ਕਰਨ ਲੱਗੇ, ਉਹ ਦੁਸ਼ਟ ਆਤਮਾਵਾਂ ਨੇ ਮੇਰੇ ਡੈਡੀ ਨੂੰ ਚੁੱਕ ਚੁੱਕ ਕੇ ਥੱਲੇ ਮਾਰਿਆ ਅਤੇ ਉਹਨਾਂ ਦੀ ਜਿਹੜੀ ਪਸ ਸੀਗੀ ਹੋਰ ਵੀ ਉਹਨਾਂ ਦੀ ਜਿਹੜੀ ਲੱਤ ਸੀਗੀ ਦਰਦ ਹੋਣ ਲੱਗੀ। ਤਾਂ ਉਹਨਾਂ ਨੇ ਇੱਕ ਓਇਲ ਮੰਗਵਾਇਆ, ਉਹਨਾਂ ਨੇ ਕਿਹਾ ਕਿ ਮੈਂ ਇਸ ਨੂੰ ਪ੍ਰਾਰਥਨਾ ਕਰਕੇ ਪ੍ਰਭੂ ਦਾ ਲਹੂ ਬਣਾਉਣਾ। ਉਹਨਾਂ ਨੇ ਪ੍ਰੇਅਰ ਕੀਤੀ ਅਤੇ ਉਸ ਤੇਲ ਨੂੰ ਪ੍ਰਭੂ ਦਾ ਲਹੂ ਬਣਾਇਆ ਅਤੇ ਮੇਰੇ ਡੈਡੀ ਦੀ ਲੱਤ ਉੱਤੇ ਲਗਾਉਣਾ ਸ਼ੁਰੂ ਕਰ ਦਿੱਤਾ। ਤੇ ਉਹਨਾਂ ਨੇ ਜਦੋਂ ਪ੍ਰਾਰਥਨਾ ਕਰ ਲਈ ਤੇ ਉਹਨਾਂ ਨੇ ਕਿਹਾ, ਬੇਟਾ ਇਸ ਲਹੂ ਨੂੰ ਤੁਸੀਂ ਆਪਣੇ ਡੈਡੀ ਦੀ ਲੱਤ 'ਤੇ 1 ਹਫ਼ਤਾ ਲਗਾਉਣਾ ਹੈ ਤੇ ਤੁਸੀਂ, ਮੈਂ ਵਿਸ਼ਵਾਸ ਤੁਹਾਨੂੰ ਦਿਲਾਉਣਾ ਕਿ ਤੁਹਾਡੇ ਡੈਡੀ ਬਿਲਕੁਲ ਠੀਕ ਹੋ ਜਾਣਗੇ। ਜਿਸ ਤਰ੍ਹਾਂ ਅਸੀਂ ਲਹੂ ਲਗਾਉਣ ਲੱਗੇ, ਮੇਰੇ ਡੈਡੀ ਦੀ ਲੱਤ 5 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਗਈ।
ਸਾਰੇ ਮੇਰੇ ਡੈਡ ਦਾ ਜ਼ਖਮ ਸੁੱਕ ਗਿਆ, ਸਾਰੀ ਬਿਮਾਰੀ ਮੇਰੇ ਡੈਡ ਦੀ ਚਲੀ ਗਈ। ਅਸੀਂ ਖੁਸ਼ ਹੋਏ, ਅਸੀਂ ਖੁਸ਼ ਹੋਏ ਕਿ ਸਾਡੇ ਜੀਵਨ ਦੇ ਵਿੱਚ ਚੰਗਾਈ ਆ ਗਈ ਹੈ, ਕੋਈ ਹੈ ਜੋ ਸਾਨੂੰ ਪਿਆਰ ਕਰਦਾ ਹੈ, ਕੋਈ ਹੈ ਜੋ ਸਾਨੂੰ ਬਚਾਉਣਾ ਚਾਹੁੰਦਾ ਹੈ। ਉਸ ਤੋਂ ਬਾਅਦ ਕੀ ਹੋਇਆ, ਅਸੀਂ ਆਪਣੇ ਡੈਡੀ ਨੂੰ ਚਰਚ ਦੇ ਵਿੱਚ ਲੈ ਕੇ ਗਏ। ਮੇਰੇ ਡੈਡੀ ਵਾਸਤੇ ਬਹੁਤ ਪ੍ਰਾਰਥਨਾ ਹੋਈ, ਸਾਰਿਆਂ ਨੇ ਰੋ ਰੋ ਕੇ ਪ੍ਰਭੂ ਦੇ ਅੱਗੇ ਦੁਆ ਕੀਤੀ ਅਤੇ ਪਰਮੇਸ਼ਵਰ ਨੇ ਮੇਰੇ ਡੈਡੀ ਉੱਤੇ ਦਇਆ ਕੀਤੀ, ਫਜ਼ਲ ਕੀਤੀ ਅਤੇ ਮੇਰੇ ਡੈਡੀ ਨੂੰ ਦੁਸ਼ਟ ਆਤਮਾ ਤੋਂ ਵੀ ਛੁਟਕਾਰਾ ਮਿਲਿਆ। ਸ਼ੈਤਾਨ ਨੇ ਫਿਰ ਅਟੈਕ ਕੀਤਾ, ਉਸ ਅਟੈਕ ਮੇਰੀ ਸਿਸਟਰ ਦੇ ਵੱਲੋਂ ਹੋਇਆ, ਜਿਹੜੀ ਮੇਰੀ ਸਿਸਟਰ ਨੇ ਵੀ ਕਾਲੇ ਜਾਦੂ ਵਾਲੀ ਸਵੀਟਸ ਖਾਧੀਆਂ ਸੀਗੀਆਂ, ਉਹਦੇ ਵਿੱਚ ਹੁਣ ਦੁਸ਼ਟ ਆਤਮਾ ਉਹਨੂੰ ਤੰਗ ਕਰਨ ਲੱਗੀਆਂ। ਉਸ ਦੀ ਹਾਲਤ ਤਾਂ ਇਸ ਤਰ੍ਹਾਂ ਦੀ ਸੀਗੀ ਕਿ ਉਹ ਜਵਾਨ ਸੀਗੀ, ਆਪਣੀ ਅੱਖਾਂ ਨੂੰ ਬਾਹਰ ਕੱਢ ਲੈਂਦੀ ਸੀਗੀ, ਅੱਧੀ ਰਾਤ ਨੂੰ ਉੱਠ ਕੇ ਆਪਣੇ ਹੱਥਾਂ ਨੂੰ ਚਾਕੂ ਦੇ ਨਾਲ ਕੱਢਦੀ ਸੀਗੀ, ਔਰ ਬਹੁਤ ਐਸੀ ਹਰਕਤਾਂ ਕਰਦੀ ਸੀਗੀ ਜਿਹੜੀਆਂ ਦੇਖੀਆਂ ਵੀ ਨਹੀਂ ਜਾਂਦੀਆਂ ਸੀ। ਇਹੋ ਜਿਹੀ ਹਾਲਤ ਦੇ ਵਿੱਚ ਅਸੀਂ ਕਈ ਦਿਨਾਂ ਤੱਕ ਉਸਨੂੰ ਸੰਗਲਾਂ ਦੇ ਨਾਲ ਬੰਨ੍ਹ ਕੇ ਰੱਖਦੇ ਸੀ। ਦੁਸ਼ਟ ਆਤਮਾਵਾਂ ਨੇ ਕਿਹਾ, ਤੁਸੀਂ ਇਹਦੇ ਡੈਡੀ ਨੂੰ ਬਚਾ ਲਿਆ, ਅੱਜ ਰਾਤ 12 ਵਜੇ ਅਸੀਂ ਇਸ ਨੂੰ ਲੈ ਕੇ ਚੱਲੀਆਂ ਹਾਂ। ਪਾਸਟਰ ਨੇ ਕਿਹਾ, ਨਾ ਘਬਰਾਓ, ਅਸੀਂ ਉਸ ਜੀਵਤ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਾਂਗੇ ਜੋ ਮੁਰਦਿਆਂ ਦੇ ਵਿੱਚ ਵੀ ਜ਼ਿੰਦਗੀ ਪਾਉਣ ਵਾਲਾ ਹੈ। ਅਤੇ ਅਸੀਂ ਸਾਰਿਆਂ ਨੇ ਰੋ ਰੋ ਕੇ ਪ੍ਰਭੂ ਦੇ ਅੱਗੇ ਦੁਆ ਕੀਤੀ। ਰਾਤ ਦੇ 10 ਵਜੇ ਉਹ ਸਾਰੀ ਦੀ ਸਾਰੀ ਦੁਸ਼ਟ ਆਤਮਾਵਾਂ ਮੇਰੀ ਸਿਸਟਰ ਨੂੰ ਛੱਡ ਕੇ ਚਲੀ ਗਈਆਂ। 2004 ਦੇ ਵਿੱਚ ਹੀ ਜਦੋਂ ਅਸੀਂ ਪ੍ਰਭੂ ਨੂੰ ਗ੍ਰਹਿਣ ਕੀਤਾ, ਅਸੀਂ ਨਾਲ ਹੀ ਬਪਤਿਸਮਾ ਵੀ ਪਾਇਆ। ਪੰਜਾਬ ਨੂੰ ਛੱਡ ਕੇ ਮੈਂ ਦਿੱਲੀ ਦੇ ਵਿੱਚ ਆ ਕੇ 3 ਸਾਲ ਦੇ ਲਈ ਬਾਈਬਲ ਸਟੱਡੀ ਕੀਤੀ। ਜਿਸ ਤਰ੍ਹਾਂ ਮੇਰੀ ਸਟੱਡੀ ਕੰਪਲੀਟ ਹੋਈ, ਮੈਂ ਪ੍ਰਭੂ ਦੀ ਸੇਵਾ ਦੇ ਵਿੱਚ ਪੈ ਗਈ, ਕਿ ਮੇਰੀ ਸਿਸਟਰ ਜੋ ਮੌਤ ਦੇ ਮੂੰਹ 'ਚੋਂ ਨਿਕਲੀ, ਅੱਜ ਉਸਦਾ ਵਿਆਹ ਇੱਕ ਪਾਸਟਰ ਦੇ ਨਾਲ ਹੋਇਆ ਹੈ। ਮੇਰਾ ਨਾਮ ਪ੍ਰੀਤੀ ਸ਼ਰਮਾ ਹੈ। ਬਾਈਬਲ ਦੱਸਦੀ ਹੈ ਕਿ ਯਹੋਵਾ ਨੂੰ ਚੱਕ ਕੇ ਦੇਖੋ ਕਿ ਉਹ ਕਿੰਨਾ ਭਲਾ ਹੈ। ਮੈਂ ਯਹੋਵਾ ਨੂੰ ਚੱਕਿਆ, ਮੈਂ ਯਿਸੂ ਨੂੰ ਚੱਕਿਆ ਅਤੇ ਆਪਣੇ ਜੀਵਨ 'ਚ ਜਾਣਿਆ ਕਿ ਉਹ ਬਹੁਤ ਭਲਾ ਹੈ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਤੇ ਆਸ਼ੀਸ਼ ਦੇ ਇਸ ਗਵਾਹੀ ਦੇ ਸੁਣੇ ਜਾਣ ਦੇ ਨਾਲ। ਆਮੇਨ।